ਇਹ ਬੰਦੇ ਨੇ ਮੁੰਡਾ ਪਸਾਇਆ ਡੇਟਿੰਗ ਐਪ ਤੇ ਤੇ ਮੁੰਡੇ ਨੂੰ ਲੱਗਿਆ ਵੀ ਭਾਈ ਕਿਸੇ ਪਾਰਕ ਦੇ ਵਿੱਚ ਜਾ ਕੇ ਰਿਮਾਂਸ ਵਗੈਰਾ ਕਰਾਂਗੇ ਤੇ ਇਹਨੇ ਤਾਂ ਭਈ ਰਿਮਾਂਸ ਕੀ ਕਰਨਾ ਹੈ ਗੱਡੀ ਤੇ ਗਿਆ ਤੇ ਗੱਡੀ ਚਾਰਟਾ ਉਹਨੂੰ ਹਾਂਜੀ ਬੈਟਸਾਪ ਵੀ ਘਟਨਾ ਜਿਹੜੀ ਹੈ ਬੜੀ ਮਾੜੀ ਘਟਨਾ ਹੈ ਤੇ ਇਹਦੇ ਵਿੱਚ ਨਿਆ ਮਿਲਦੇ ਲਈ ਆਲਮੋਸਟ 6 ਸਾਲ ਦਾ ਸਮਾਂ ਜਿਹੜਾ ਉਹ ਲੱਗ ਗਿਆ ਹੈਗਾ ਘਟਨਾ ਹੈਗੀ ਆ 2018 ਦੀ ਕੈਲੀਫੋਰਨੀਆ ਦੇ ਵਿੱਚ ਇੱਕ ਹਾਈ ਸਕੂਲ ਦੇ ਸਟੂਡੈਂਟ ਦੇ ਨਾਲ ਇਹ ਸਾਰਾ ਕੁਝ ਵਾਪਰਿਆ ਸੀਗਾ ਤੇ ਜਿਹਦਾ ਮਾਮਲਾ ਲੰਮਾ ਚੱਲਿਆ ਉਹਦੇ ਵਿੱਚ ਕਈ ਸਾਰੀਆਂ ਕੁੰਡੀਆਂ ਸੀ ਖੁੱਲ੍ਹਣ ਸਮਾਂ ਲੱਗ ਗਿਆ ਤੇ ਹੁਣ ਜਿਹੜੀ ਇਸ ਮੁੰਡੇ ਨੂੰ ਸਜ਼ਾ ਹੋ ਰਹੀ ਹੈ ਅ ਇਹ ਬਰਾਟਸਬ ਜਿਹੜਾ ਮੁੰਡਾ ਹੈਗਾ ਇਹਦਾ ਨਾਮ ਹੈਗਾ ਸੈਮਿਊਲ ਲਿੰਕਨ ਵੁਡਵਾਰਡ ਜਿਹਦੀਆਂ ਆਪਾਂ ਫੋਟੋਆਂ ਦਿਖਾ ਰਹੇ ਹਾਂ ਇਹਦੀ ਇਸ ਵੇਲੇ ਉਮਰ 26 ਸਾਲ ਆ ਜਦੋਂ ਇਹਨੇ ਇਹ ਕਰਤੂਤ ਕੀਤੀ ਸੀਗੀ ਉਦੋਂ ਇਹਦੀ ਉਮਰ 20 ਸਾਲ ਸੀਗੀ ਇਹਦਾ ਤਾਲਕ ਨਿਊ ਪੋਰਟ ਬੀਚ ਦੇ ਨਾਲ ਹੈਗਾ ਕੈਲੀਫੋਰਨੀਆ ਦੇ ਨਾਲ ਇਸ ਮੁੰਡੇ ਦੇ ਉੱਤੇ ਫਸਟ ਡਿਗਰੀ ਮਰਡਰ ਦੇ ਚਾਰਜਸ ਲੱਗੇ ਸੀ ਨਾਲ ਦੀ ਨਾਲ ਹੇਟ ਕ੍ਰਾਈਮ ਹੇਟ ਕ੍ਰਾਈਮ ਇਨਹਾਂਸਮੈਂਟ ਤੇ ਪਰਸਨਲ ਯੂਜ਼ ਆਫ ਨਾਈਫ ਦੇ ਇਹਦੇ ਚਾਰजेस ਲੱਗੇ ਸੀ ਅਕੋਰਡਿੰਗ ਟੂ ਔਰੇਂਜ ਕਾਉਂਟੀ ਡਿਸਟ੍ਰਿਕਟ ਆਫਿਸ ਪ੍ਰੋਸੀਕਿਊਟਰਸ ਨੇ ਦੱਸਿਆ ਕਿ ਇਸ ਮੁੰਡੇ ਨੇ ਜਦੋਂ ਇਹ 20 ਸਾਲਾਂ ਦਾ ਸੀ ਤਾਂ ਉਦੋਂ ਇਹਨੇ 2018 ਦੇ ਵਿੱਚ ਇੱਕ 19 ਸਾਲਾਂ ਦੇ ਮੁੰਡੇ ਦਾ ਕਤਲ ਕੀਤਾ ਸੀ ਬੜੀ ਬੇਰਹਿਮੀ ਦੇ ਨਾਲ ਉਸ ਮੁੰਡੇ ਦਾ ਨਾਮ ਬਲੇਜ਼ ਬਰਨਸਟੀਨ ਦੱਸਿਆ ਜਾ ਰਿਹਾ ਹੈ ਉਹਨੂੰ ਬਰਾੜ ਸਾਹਿਬ ਇਹਨੇ ਸ਼ੁਰੂਆਤ ਉਹਦੇ ਨਾਲ ਜਿਹੜੀ ਗੱਲਬਾਤ ਦੀ ਹੈ ਇੱਕ ਡੇਟਿੰਗ ਐਪ ਦੇ ਥਰੂ ਕੀਤੀ ਕੁਈ ਐਪ ਹੋਏਗੀ ਜਿਹਦੇ ਵਿੱਚ ਮੁੰਡੇ ਮੁੰਡਿਆਂ ਨੂੰ ਲੱਭ ਲੈਂਦੇ ਐ ਸੋ 2018 ਦੇ ਵਿੱਚ ਇਹ ਇੱਕ ਦੂਜੇ ਦੇ ਡੇਟਿੰਗ ਐਪ ਦੇ ਥਰੂ ਮਿੱਤਰ ਬਣੇ ਇਹ ਜਿਹੜਾ ਮੁੰਡਾ ਬੌਰਨਸਟਾਈਨ ਸੀਗਾ ਜਿਹਦਾ ਕਤਲ ਹੋਇਆ ਇਹ ਯੂਨੀਵਰਸਿਟੀ ਆਫ ਪੈਂਸਿਲਵੇਨੀਆ ਦਾ ਸਟੂਡੈਂਟ ਸੀਗਾ ਵੈਸੇ ਇਹਦਾ ਪਿਸ਼ੋਕੜ ਆ ਜਿਹੜਾ ਉਸ ਮੁੰਡੇ ਦਾ ਜੂਸ਼ ਦੱਸਿਆ ਜਾ ਰਿਹਾ ਮਤਲਬ ਕਿ ਉਹਦੇ ਪਰਿਵਾਰ ਦੇ ਤਾਲੁਕ ਇਜ਼ਰਾਈਲ ਦੇ ਨਾਲ ਸੀਗੇ ਸੋ ਉਹ ਮੁੰਡਾ ਬਰਟਸਅਪ ਯੂਨੀਵਰਸਿਟੀ ਆਫ ਪੈਂਸਿਲਵੇਨੀਆ ਤੋਂ ਵਿੰਟਰ ਬ੍ਰੇਕ ਦੇ ਵਿੱਚ ਆਪਣੇ ਪੇਰੈਂਟਸ ਨੂੰ ਮਿਲਣ ਕੈਲੀਫੋਰਨੀਆ ਪਹੁੰਚਦਾ ਤੇ 2 ਜਨਵਰੀ 2018 ਨਿਊ ਇਅਰ ਤੋਂ ਵੈਰੀ ਨੈਕਸਟ ਡੇ ਉਹਨੂੰ ਰਾਤ ਨੂੰ ਇਹ ਮੁੰਡਾ ਜਿਹੜਾ ਉਹ ਮਿਲਣ ਦੇ ਲਈ ਬੁਲਾਉਂਦਾ ਉਹ ਮੁੰਡਾ ਜਿਹੜਾ ਰਾਤ ਨੂੰ ਤਕਰੀਬਨ 11:00 ਵਜੇ ਆਪਣੇ ਘਰ ਤੋਂ ਨਿਕਲ ਜਾਂਦਾ ਇਨਵੈਸਟੀਗੇਸ਼ਨਸ ਦੇ ਵਿੱਚ ਰਿਵੀਲ ਹੋਇਆ ਕਿ ਬੌਨਸਟीन ਦੀ ਜਿਹੜੀ ਬੋਡੀ ਹੈ ਉਹ ਪਾਰਕ ਦੇ ਵਿੱਚ ਮਿਲੀ ਆ 28 ਵਾਰੀ ਬਰਾਡਸਬ 28 ਵਾਰੀ 28 ਟਾਈਮਸ ਉਹਦੀ ਬੋਡੀ ਦੇ ਉੱਤੇ ਸਟੈਬ ਕੀਤਾ ਗਿਆ ਜਿਸ ਦੇ ਤੋਂ ਬੜਾ ਕਲੀਅਰ ਹੁੰਦਾ ਕਿ ਨਫ਼ਰਤ ਦੇ ਨਾਲ ਨੱਕੋ ਨੱਕ ਪਰਿਆ ਹੋਇਆ ਸੀ ਇਹ ਮੁੰਡਾ ਜਿਹਦੀ ਆਪਾਂ ਫੋਟੋ ਦਿਖਾ ਰਹੇ ਹਾਂ ਇਹ ਜਿਹੜੀ ਬੋਡੀ ਹੈਗੀ ਹੈ ਜੀ ਇਹ ਇਹਨਾਂ ਨੂੰ 9 ਜਨਵਰੀ ਐਗਜ਼ੈਕਟਲੀ 1 ਵੀਕ ਦੇ ਬਾਅਦ ਮਿਲੀ ਆ ਤੇ 12 ਤਰੀਕ ਨੂੰ ਇਹ ਮੁੰਡੇ ਨੂੰ ਵੁੱਡਵਾਰਡ ਨੂੰ ਇਹਦੇ ਕਰ ਨਿਊਪੋਰਟ ਬੀਚ ਤੋਂ ਅਰੈਸਟ ਕਰ ਲਿਆ ਗਿਆ ਉਸ ਤੋਂ ਬਾਅਦ ਇਹ ਲੰਮਾ ਜਿਹੜਾ ਮਾਮਲਾ ਇਸ ਕਰਕੇ ਇਹ ਲੰਮਕਦਾ ਰਿਹਾ ਹੈ ਵੁੱਡਵਾਰਡ ਦੇ ਮੈਂਟਲ ਹੈਲਥ ਦਾ ਜਿਹੜਾ ਹਵਾਲਾ ਲਿਆ ਗਿਆ ਉਹਦੀ ਸਹਾਇਤਾ ਲੈਂਦੇ ਰਹੇ ਨੂੰ ਬਚਾਉਣ ਦੇ ਲਈ 2022 ਤੱਕ ਇਹ ਮਾਮਲਾ ਇਸ ਤਰੀਕੇ ਨਾਲ ਲੰਮਕਦਾ ਰਿਹਾ ਪਰ ਬਾਅਦ ਵਿੱਚ ਇਹ ਕਨਫਰਮ ਹੋ ਗਿਆ ਕਿ ਇਸ ਮੁੰਡੇ ਨੂੰ ਹੈਲਥ ਮੈਂਟਲ ਹੈਲਥ ਦੇ ਨਾਲ ਰਿਲੇਟਡ ਕੋਈ ਪ੍ਰੋਬਲਮ ਨਹੀਂ ਸੀ ਇਦੀ ਹੇਟ ਸੀਗੀ ਜਿਹੜੀ ਉਹ ਇੱਕ ਤਾਂ ਉਸ ਮੁੰਡੇ ਦੇ ਧਰਮ ਕਰਕੇ ਸੀਗੀ ਦੂਸਰਾ ਸੈਕਸ਼ੂਅਲ ਔਰੀਐਂਟੇਸ਼ਨ ਕਰਕੇ ਸੀ ਜਾਨੀ ਕਿ ਉਹ ਗੇ ਸੀਗਾ ਬਸ ਉਹਦਾ ਕਸੂਰ ਏ ਸੀਗਾ ਉਸ ਕਰਕੇ ਇਸ ਮੁੰਡੇ ਨੇ ਇਹ ਜਿਹੜੀ ਕਾਨੂੰਨੀ ਹਰਕਤ ਹੈ ਉਹ ਕੀਤੀ ਹੈ ਰਾਤ ਨੂੰ 11 ਵਜੇ ਉਹਨੂੰ ਇਹਨੇ ਪਿਕ ਕੀਤਾ ਉਹ ਆਪਣੀ ਕਾਰ ਦੇ ਵਿੱਚ ਬਿਠਾ ਕੇ ਬਰਾਟਸਬੇ ਸੋਨਸਾਨ ਥਾਂ ਤੇ ਲੈ ਗਿਆ ਉੱਥੇ ਡਰਾਈਵ ਕੀਤਾ ਉਹਦੀ ਗਲਤੀ ਇਹ ਸੀ ਉਹਨੂੰ ਲੱਗਿਆ ਕਿ ਸੋਨਸਾਨ ਥਾਂ ਤੇ ਇਸ ਕਰਕੇ ਜਾ ਰਹੇ ਹਾਂ ਕਿਉਂਕਿ ਕਿਸੇ ਕਿਸਮ ਦਾ ਰੋਮਾਂਟਿਕ ਇਨਕਾਊਂਟਰ ਕਰਨਾ ਹੋ ਸਕਦਾ ਹੈ ਪਰ ਉੱਥੇ ਬਰਾੜ ਸਾਹਿਬ ਇਸ ਬੰਦੇ ਨੇ ਉਹਨੂੰ ਮਲਟੀਪਲ ਟਾਈਮਸ ਟੈਬ ਕਰਕੇ ਉੱਥੇ ਇੱਕ ਗਰੇਵ ਕੱਢੀ ਗਰੇਵ ਕੱਢ ਕੇ ਉਹਦੇ ਉੱਤੇ ਮਿੱਟੀ ਪਾ ਕੇ ਚੰਗੀ ਤਰ੍ਹਾਂ ਪੱਕਾ ਕਮ ਆਪਣੇ ਤੌਰ ਤੇ ਕਰ ਆਇਆ 7 ਦਿਨ ਬਰਾੜ ਸਾਹਿਬ ਸਰਚਾਂ ਹੁੰਦੀਆਂ ਰਹੀਆਂ ਜੀ ਦੇ ਵਿੱਚ ਡੈਪਟੀਜ਼ ਪੁਲਿਸ ਦੇ ਕੇ ਨਾਈਨ ਡੌਗ ਸਕਵਾਡ ਮਲਟੀਪਲ ਹੈਲੀਕਾਪਟਰ ਡਰੋਨਸ ਹੋਰ ਪਤਾ ਨਹੀਂ ਕੀ ਕੁਝ ਸਰਚ ਕਰਦਾ ਰਿਹਾ ਉਸ ਮੁੰਡੇ ਨੂੰ ਕਿ ਕਿੱਥੇ ਸਾਨੂੰ ਉਹ ਮਿਲ ਜਵੇ ਪਰ 9 ਤਰੀਕ ਤੋਂ ਪਹਿਲਾਂ ਇੱਕ ਜ਼ਬਰਦਸਤ بارش ਹੋਈ ਜਿਹਦੇ ਕਾਰਨ ਜਿਹੜੀ ਗਰੇਵ ਸੀਗੀ ਉਹਦੀ ਮਿੱਟੀ ਉੱਤੋਂ ਉਤਰ ਗਈ ਤੇ ਐਗਜ਼ੈਕਟਲੀ 7 ਦਿਨ ਬਾਅਦ ਉਹਦੀ ਡੈੱਡ ਬੋਡੀ ਹੈ ਜਿਹੜੀ ਉਹ ਉਸ ਥਾਂ ਤੋਂ ਮਿਲ ਗਈ ਜੀ ਬਿਲਕੁਲ ਜੀ ਇੱਥੇ ਨਾ ਆਪਾਂ ਇੱਕ ਕਹਾਵਤ ਜੀ ਸੁਣਦੇ ਹੁੰਨੇ ਆ ਵੀ ਅਸੀਂ ਕੀ ਲੈਣਾ ਕੋਈ ਕੁਝ ਮਰਜ਼ੀ ਕਰੀ ਜਾਵੇ ਇਹ ਤਾਂ ਕਹਾਵਤ ਵੀ ਵੈਸੀ ਅਸੀਂ ਕੀ ਲੈਣ ਵਾਲੇ ਸੀਗਾ ਵੀ ਭਾਈ ਜੋ ਮਰਜ਼ੀ ਕਰੀ ਜਾਵੇ ਤੂੰ ਹੁਣ ਭਾਈ ਤੂੰ ਦੁਨੀਆ ਨੂੰ ਕੀ ਸੁਧਾਰ ਸਕਦਾ ਤੂੰ ਆਪ ਦਾ ਦੇਖ ਭਾਈ ਇਹ ਗੱਲਾਂ ਆਪਾਂ ਸੁਣਦੇ ਹੁੰਨੇ ਆ ਸੋ ਭਾਈ ਇਹਨੂੰ ਸੁੰਨੀਆਂ ਖੱਡਾਂ 'ਚ ਡੱਕੇ ਦੇਣ ਦੀ ਕਿਉਂ ਆਦਤ ਸੀਗੀ ਆਪਦਾ ਕੰਮ ਗਾਜ ਕਰਦਾ ਬਿਲਕੁਲ ਵਟਸਐਪ ਹੁਣ ਇਹ ਤਾਂ ਇੱਕ ਉਹ ਕਿਸਮ ਦੀ ਗੱਲ ਹੈ ਕਿ ਤੂੰ ਕਿਸੇ ਦੇਸ਼ ਦਾ ਭਾਈ ਡਿਕਟੇਟਰ ਬਣ ਗਿਆ ਆਪਣਾ ਦੇਸ਼ ਆਪਣੇ ਅਕੋਰਡਿੰਗ ਆਪਣੇ ਰੂਲਰ ਨਾਲ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਉੱਥੇ ਤਾਂ ਇਹੋ ਜਿਹੀਆਂ ਘਟਨਾਵਾਂ ਆਉਂਦੀਆਂ ਜਿੱਥੇ ਡਿਕਟੇਟਰ ਲੋਕ ਹੁੰਦੇ ਆ ਕਿ ਮੈਨੂੰ ਫਲਾਣਾ ਧਰਮ ਪਸੰਦ ਨਹੀਂ ਜੀ ਇਹਨੂੰ ਖਤਮ ਕਰ ਦਿਓ ਮੈਨੂੰ ਫਲਾਣੇ ਕਿਸਮ ਦੇ ਲੋਕ ਪਸੰਦ ਨਹੀਂਗੇ ਜਿਨ੍ਹਾਂ ਦੀ ਸੈਕਸ਼ੂਅਲ ਔਰੀਐਂਟੇਸ਼ਨ ਸਪੈਸਿਫਿਕ ਹੈਗੀ ਹੈ ਸੋ ਇਹ ਇੱਕ ਮੈਂਟਲ ਇਸ਼ੂ ਜ਼ਰੂਰ ਸੀਗਾ ਪਰ ਇਹ ਬਾਅਦ ਵਿੱਚ ਕਹਿ ਦੇਣਾ ਕਿ ਇਹ ਬੰਦਾ ਦਿਮਾਗੀ ਤੌਰ ਤੇ ਸੰਤੁਲਿਤ ਨਹੀਂਗਾ ਇਹ ਕਹਿ ਕੇ ਬਰਾਤ ਸਭ ਇਹਨੂੰ ਬਚਾਇਆ ਵੀ ਗਿਆ ਬਾਅਦ ਦੇ ਵਿੱਚ ਲੋੜ ਤਾਂ ਸੀਗੀ ਕਿ ਭਾਈ ਜਿਹੜੇ ਤੂੰ ਕੰਮ ਕਰਦਾ ਉਹ ਕਰੀ ਜਾ ਕੀ ਲੋੜ ਆ ਤੈਨੂੰ ਆਪਣਾ ਸਮਾਂ ਵੇਸਟ ਕਰਨ ਦੀ ਪਹਿਲਾਂ ਤੂੰ ਐਪ ਕੀਤੀ ਫਿਰ ਸੌ ਪਾਪੜ ਵੇលਿਆ ਹੁਣ ਫਿਰ ਮਸਾ ਕੋਈ ਇੱਕ ਅਦਾ ਮੈਚ ਆਇਆ ਉਹ ਨੂੰ ਫਿਰ ਤੋਂ پاگل ਬਣਾ ਕੇ ਘਰੋਂ ਲੈ ਗਿਆ ਤੇ ਜਾ ਕੇ ਆ ਹਰਕਤ ਕੀਤੀ ਹੈ ਬਿਲਕੁਲ ਜੀ ਨਾਲੇ ਭਈ ਇਹ ਕਮਿਊਨਿਟੀ ਤਾਂ ਕਾਫੀ ਹੁਣ ਵਧੇ ਜਾ ਰਹੀ ਹੈ ਇਹਨੂੰ ਤੁਸੀਂ ਕੀ ਕੀ ਕਹੋਗੇ ਇਹਦਾ ਜੀਨਸ ਦੀ ਆਪਾਂ ਕਹਿ ਸਕਦੇ ਆ ਇਹ ਇਕੱਲੇ ਯੂਐਸ ਦੇ ਵਿੱਚ ਨਹੀਂ ਹੈਗੀ ਜੀ ਮੈਨੂੰ ਤਾਂ ਇਹ ਵੀ ਲੱਗ ਰਿਹਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਕਮਿਊਨਿਟੀ ਜਾਂ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਆ ਇਹ ਇੰਡੀਆ ਦੇ ਵਿੱਚ ਵੀ ਚੱਲ ਜਣੇ ਬਟਸ ਬਹੁਤ ਜ਼ਿਆਦਾ ਹੋ ਗਿਆ ਜੀ ਇਹਦੇ ਵਿੱਚ ਕਈ ਸਾਰੇ ਫੈਕਟਰ ਹੈਗੇ ਆ ਹਾਰਮੋਨਲ ਇਮਬੈਲੈਂਸ ਵੀ ਹੈਗਾ ਜੀਨਸ ਜੀਨਸ ਵਾਲੀ ਤਾਂ ਚਲੋ ਇੱਕ ਵੱਖਰੀ ਗੱਲ ਆ ਹਾਰਮੋਨਲ ਇੰਬੈਲੈਂਸ ਮੇਨ ਰੀਜ਼ਨ ਹੁੰਦਾ ਕਿਤੇ ਨਾ ਕਿਤੇ ਨਾ ਕੁਝ ਲੋਕ ਮੈਨੂੰ ਇਦਾਂ ਲੱਗਦਾ ਹੁੰਦਾ ਸੋਸ਼ਲ ਮੀਡੀਆ ਦੇ ਚੱਕਰ ਦੇ ਵਿੱਚ ਕੰਟੈਂਟ ਪ੍ਰੋਡਿਊਸ ਕਰਨ ਦੇ ਲਈ ਵੀ ਇਦਾਂ ਦਾ ਕੁਝ ਕਰ ਰਹੇ ਆ ਰੀਸੈਂਟਲੀ ਇੱਕ ਪੰਜਾਬ ਇੰਡੀਆ ਦੇ ਵਿੱਚ ਇੱਕ ਕਮੇਡੀਅਨ ਆ ਹਿੰਦੀ ਦੇ ਵਿੱਚ ਕਮੇਡੀ ਕਰਦੇ ਆ ਉਹ ਅੱਜਕੱਲ ਇੱਕ ਨਵਾਂ ਜਾਂ ਉਹਨਾਂ ਨੇ ਵੱਖਰਾ ਜਾਂ ਸ਼ੋਅ ਬਣਾਇਆ ਹੋਇਆ ਜੀ ਉਹਦੇ ਵਿੱਚ ਇੱਕ ਬੰਦੇ ਨੂੰ ਉਹਨਾਂ ਨੇ ਬੁਲਾਇਆ ਸੀ ਉਹਨਾਂ ਨੂੰ ਪੁੱਛਿਆ ਕਿ ਇਨ ਪਰਸਨ ਤੁਸੀਂ ਇੰਨੇ ਡਿਫਰੈਂਟ ਹੋ ਤੇ ਜਦੋਂ ਤੁਸੀਂ ਕੈਮਰੇ ਸਾਹਮਣੇ ਆਉਂਦੇ ਹੋ ਉਦੋਂ ਆਹ ਹਰਕਤਾਂ ਕਰਦੇ ਹੋ ਤਾਂ ਉਹਨਾਂ ਨੇ ਗੱਲਾਂ-ਗੱਲਾਂ ਦੇ ਵਿੱਚ ਹਿੰਟ ਦਿੱਤਾ ਸੀਗਾ ਕਿ ਮੈਂ ਇਨ ਪਰਸਨ ਜਸਟ ਇੱਕ ਨਾਰਮਲ ਬੰਦਾ ਸਟੇਟ ਪਰਸਨ ਹਾਂ ਪਰ ਮੈਨੂੰ ਕੰਟੈਂਟ ਪ੍ਰੋਡਿਊਸ ਕਰਨ ਦੇ ਲਈ ਇਦਾਂ ਦੀਆਂ ਹਰਕਤਾਂ ਕਰਨੀਆਂ ਪੈਂਦੀਆਂ ਕਿਤੇ ਨਾ ਕਿਤੇ ਕੰਪੀਟੀਸ਼ਨ ਵੱਧ ਹੋਣ ਕਰਕੇ ਲੋਕ ਇਸ ਤਰੀਕੇ ਦਾ ਇਹ ਕੁਝ ਵੀ ਕਰਦੇ ਆ ਫਿਰ ਵੀ ਚਲੋ ਜਿਹਨੂੰ ਤਾਂ ਜੈਨੂਨ ਜਿਹੜੇ ਹੈਗੇ ਨੇ ਕਿ ਇਹਨਾਂ ਨੂੰ ਆਪਾਂ ਕੁਛ ਨਹੀਂ ਕਹਿੰਦੇ ਪਰ ਜਿਹੜੇ ਜਸਟ ਵਿਖਾਵੇ ਦੇ ਲਈ ਆਪਣੀ ਇੱਕ ਵੱਖਰੀ ਪਛਾਣ ਬਣਾਉਣ ਦੇ ਲਈ ਸੋਸ਼ਲ ਮੀਡੀਆ ਦੀ ਦੌੜ ਦੇ ਵਿੱਚ ਅੱਗੇ ਆਉਣ ਦੇ ਲਈ ਚੰਦ ਪੈਸੇ ਬਦਲੇ ਕੁਛ ਕਰਦੇ ਆ ਉਹਨਾਂ ਲਈ ਭਾਈ ਮਾੜੀ ਗੱਲ ਆ ਹੋਰ ਵੀ ਤੁਸੀਂ ਬਹੁਤ ਲੋਕਾਂ ਦੀ ਨਾਲ ਪੱਟੀ ਮੇਸ ਕਰ ਰਹੇ ਹੋ ਬਿਲਕੁਲ ਜੀ ਹੁਣ ਸਾਰੀ ਕਹਾਣੀ ਇਹ ਪੈ ਤਾ ਰਹੀ ਹੈ ਪਰ ਇਹ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਆਪਣੇ ਕਈ ਪੁਰਾਣੇ ਹਾਲਾਤ ਵਾਲੇ ਬੰਦੇ ਹੁੰਦੇ ਆ ਉਹ ਕਹਿੰਦੇ ਵੀ ਆ ਕੀ ਹੋ ਗਿਆ ਜੀ ਉਹ ਕੀ ਹੋ ਗਿਆ ਤੇ ਇਦਾਂ ਹੋਈ ਜਾਂਦਾ ਹੈਗਾ